ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ। ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਜਾਣਕਾਰੀ ਲੈ ਕੇ, ਇੱਕ ਨਵੀਂ ਵੀਡੀਓ ਲੈ ਕੇ। ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ, ਹੁਣ ਇਸ ਤਰੀਕ ਨੂੰ ਲੱਗਣਗੇ ਸਕੂਲ। ਸਕੂਲੀ ਵਿਦਿਆਰਥੀਆਂ ਲਈ ਆਈ ਵੱਡੀ ਖਬਰ, ਦੋਸਤੋ ਕੀ ਹੈ ਪੂਰੀ ਅਪਡੇਟ ਆਪਾਂ ਜਾਣਾਂਗੇ ਇਸ ਵੀਡੀਓ ਵਿੱਚ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ, ਅਗਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਲੈਣਾ, ਤਾਂ ਹੀ ਸਾਡੀਆਂ ਆਉਣ ਵਾਲੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਤਾਂ ਦੋਸਤੋ ਆਓ ਨਜ਼ਰ ਮਾਰਦੇ ਪੂਰੀ ਖਬਰ 'ਤੇ। ਦੋਸਤੋ ਇਹ ਜੋ ਖਬਰ ਨਿਕਲ ਕੇ ਆਈ ਹੈ, ਇਹ ਜਗਬਾਣੀ ਨਿਊਜ਼ਪੇਪਰ ਵੱਲੋਂ ਜਾਰੀ ਕੀਤੀ ਗਈ ਹੈ। 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਰੀਕੇ ਨੂੰ ਖੁੱਲ੍ਹਣਗੇ ਸਕੂਲ। ਦੇਸ਼ ਭਰ ਦੇ ਕਈ ਇਲਾਕੇ 'ਚ ਠੰਡ ਦਾ ਕਹਿਰ ਜਾਰੀ ਹੈ। ਵੱਧਦੀ ਠੰਡ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ 'ਚ ਜਮਾਤ 8ਵੀਂ ਤੱਕ ਦੇ ਸਕੂਲਾਂ ਦੀ ਛੁੱਟੀ ਮੁੜ ਵੱਧ ਗਈ ਹੈ। ਸਾਰੇ ਬੋਰਡ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਨਰਸਰੀ ਤੋਂ 8ਵੀਂ ਜਮਾਤ 'ਚ ਪੜ੍ਹਨ ਵਾਲੇ ਬੱਚਿਆਂ ਦੀ 19 ਅਤੇ 20 ਤੱਕ ਛੁੱਟੀ ਰਹੇਗੀ। 21 ਜਨਵਰੀ ਨੂੰ ਐਤਵਾਰ ਹੈ, ਉੱਥੇ ਹੀ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਦੀ ਛੁੱਟੀ ਕਾਰਨ ਪਹਿਲਾਂ ਤੋਂ ਜਨਤਕ ਛੁੱਟੀ ਐਲਾਨ ਹੋ ਚੁੱਕੀ ਹੈ। ਅਜਿਹੇ 'ਚ ਬੱਚੇ ਹੁਣ ਸਿੱਧੇ 23 ਤਰੀਕ ਨੂੰ ਸਕੂਲ ਜਾਣਗੇ। ਸਕੂਲ ਛੁੱਟੀ ਵਿੱਚ ਆਪਣੀ ਸਹੂਲਤ ਅਨੁਸਾਰ ਜਮਾਤਾਂ ਚਲਾ ਸਕਦੇ ਹਨ। ਇਹ ਛੁੱਟੀ ਸਿਰਫ ਵਿਦਿਆਰਥੀਆਂ ਲਈ ਹੈ, ਅਧਿਆਪਕ ਅਤੇ ਕਰਮਚਾਰੀਆਂ ਨੂੰ ਲੈ ਕੇ ਸਕੂਲ ਪ੍ਰਬੰਧਨ ਨੇ ਫੈਸਲਾ ਲੈਣਾ ਹੈ। ਠੰਡ ਕਾਰਨ ਲਗਾਤਾਰ ਵਧਦੀ ਛੁੱਟੀ ਕਾਰਨ ਹੁਣ ਕਈ ਸਕੂਲਾਂ ਨੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਨਵੋਦਿਆ ਸਕੂਲ ਕਮੇਟੀ NVS ਨੇ JNV ਜਮਾਤ 9ਵੀਂ ਦੇ ਲੈਟਰ ਐਂਟਰੀ ਪ੍ਰੀਖਿਆ 2024 ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। JNV ਕਲਾਸ 9ਵੀਂ ਲੈਟਰ ਐਂਟਰੀ ਐਡਮਿਟ ਕਾਰਡ ਅਧਿਕਾਰਤ ਵੈਬਸਾਈਟ cbseitms.nic.in ਤੇ ਦੇਖਣ ਲਈ ਉਪਲਬਧ ਹੈ। JNV ਜਮਾਤ 9ਵੀਂ ਦੇ ਲੈਟਰ ਐਂਟਰੀ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਆਪਣਾ ਲੌਗਇਨ ਵੇਰਵਾ ਦਰਜ ਕਰਨਾ ਪਵੇਗਾ। ਸੋ ਦੋਸਤੋ ਇਹ ਇੱਕ ਵੱਡੀ ਜਾਣਕਾਰੀ ਨਿਕਲ ਕੇ ਆਈ ਸੀ ਸਕੂਲਾਂ ਵਿੱਚ ਛੁੱਟੀਆਂ ਦੇ ਵਾਧੇ ਨੂੰ ਲੈ ਕੇ। ਦੋਸਤੋ ਇਸ ਤਰ੍ਹਾਂ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਟਾਕਸ ਨਾਲ ਜੁੜੇ ਰਹਿਣਾ। ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਧੰਨਵਾਦ ਜੀ।